ਜਦੋਂ ਜੁਗਤ ਆ ਜਾਂਦੀ ਫਿਰ ਤੁਸੀਂ ਕਿਰਤ ਕਰਦਿਆਂ ਹੋਇਆਂ ਵੀ ਤੁਹਾਡੀ ਕਿਰਤ ਰੱਬ ਦਾ ਕੀਰਤਨ ਬਣ ਜਾਏਗੀ। ਕੰਮ ਵੀ ਕਰੋਗੇ ਪਰ ਕਿਰਤ ਦਿੱਤੀ ਹੋਈ ਗੁਰੂ ਦੀ ਉਹ ਵੀ ਕੀਰਤਨ ਬਣ ਜਾਏਗੀ, ਕੰਮ ਵਿੱਚੋਂ ਵੀ ਪਰਮਾਤਮਾ ਚਿੱਤੇ ਆਉਂਦਾ। ਸਾਹਿਬ ਦੀ ਬਾਣੀ ਪੜਿਓ, ਬਾਬਾ ਨਾਮਦੇਵ ਜੀ ਕਿਰਤ ਕਰਦੇ ਨੇ, ਕਿਰਤ ਵੀ ਕੀਰਤਨ ਬਣ ਗਿਆ, ਸਾਡਾ ਕੀਰਤਨ ਵੀ ਪਰਿਵਾਰ ਬਣਿਆ ਪਿਆ। ਲੋਕ ਗੁਰਦੁਆਰੇ ਆ ਕੇ ਹਾਲ ਚਾਲ ਹੀ ਪੁੱਛੀ ਜਾਣ। ਕੋਈ ਸਿੱਖ ਸਿੱਖ ਨੂੰ ਮਿਲਦਾ ਉਹਦੀ ਖਬਰ ਹਾਲ ਚਾਲ ਪਰਿਵਾਰ ਕਾਰੋਬਾਰੀ ਪੁੱਛਦਾ, ਰੱਬ ਦੇ ਘਰ ਦੀ ਬਾਤ ਨਹੀਂ ਚੱਲੇਗੀ। ਐਸੇ ਗੁਰਮੁਖ ਮੈਨੂੰ ਮਿਲੇ ਜਿਨ੍ਹਾਂ ਕੋਲ ਥੋੜ੍ਹੀ ਦੇਰ ਮੈਂ ਬੈਠ ਗਿਆ, ਇੱਥੋਂ ਤੁਹਾਡੇ ਨਜ਼ਦੀਕ ਰਹਿੰਦੇ ਨੇ, ਉਹਨਾਂ ਕੋਈ ਹਾਲ ਚਾਲ ਨਹੀਂ ਪੁੱਛਿਆ। ਇਹ ਨਹੀਂ ਪੁੱਛਿਆ ਹੁਣ ਕਿੱਥੇ ਕੀ ਕਰਦੇ ਹੋ, ਹੁਣ ਕਿੱਥੇ ਸੇਵਾ ਕਰਦੇ ਹੋ, ਕੋਈ ਗੱਲ ਨਹੀਂ ਪੁੱਛੀ। ਰੱਬ ਦੇ ਘਰ ਦੀਆਂ ਬਾਤਾਂ ਸ਼ੁਰੂ ਹੋ ਗਈਆਂ। ਬੈਠਿਆਂ ਬੈਠਿਆਂ ਡੇਢ ਘੰਟਾ ਗੁਜ਼ਰ ਗਿਆ ਤੇ ਮੈਂ ਅੰਦਰੋਂ ਸ਼ੁਕਰਾਨਾ ਕੀਤਾ, ਦਾਤਾ ਤੂੰ ਸੱਚਮੁੱਚ ਅੱਜ ਉਹ ਮਿਲਾਏ ਨੇ ਜਿਹੜੇ ਰੋਜ਼ ਮੰਗੀ ਦੇ ਤੇਰੇ ਦਰ ਤੋਂ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਨਾਮ ਚਿੱਤ ਆਵੇ, ਆਪਾਂ ਨਹੀਂ ਤੇ ਜਿੰਨੇ ਮਿਲਦੇ ਹਾਲ ਚਾਲ ਹੀ ਪੁੱਛ ਰਹੇ ਹਾਂ। ਬਾਬਾ ਨਾਮਦੇਵ ਸਭ ਕਿਰਤ ਕਰਦੇ ਨੇ, ਕੀਰਤਨ ਬਣ ਗਿਆ। ਕੱਪੜੇ ਸਿਉਣਗੇ, ਰੰਗਣਗੇ, ਪਰ ਕੀ ਕਹਿਣਗੇ, ਰੰਗਨ ਰੰਗੋ ਸੀਬ ਨਸੀਬੋ, ਨਾਮ ਰਾਮ ਨਾਮ ਬਿਨ ਘੜੀ ਨਾ ਜੀਵੋ। ਕਿਰਤ ਕਰਨਗੇ ਪਰ ਕੀਰਤਨ ਬਣ ਗਿਆ। ਸੋਇਨੇ ਕੀ ਸੋਈ ਰੂਪੇ ਕਾ ਤਾਗਾ, ਨਾਮੇ ਕਾ ਚਿੱਤ ਹਰ ਸੋ ਲਾਗਾ। ਬਾਬਾ ਕਬੀਰ ਸਾਹਿਬ ਖੱਡੀ ਤੇ ਬੈਠੇ ਨੇ, ਕੱਪੜਾ ਬੁਣਦੇ ਨੇ, ਪਰ ਕਿਰਤ ਵੀ ਰੱਬ ਦਾ ਕੀਰਤਨ ਬਣ ਗਿਆ। ਜਦੋਂ ਕਹਿੰਦੇ ਨੇ ਜਬ ਲਗ ਤਾਗਾ ਵਾਹੋ ਬੇਹੀ, ਤਬ ਲਗ ਵਿਸਰੈ ਰਾਮ ਸਨੇਹੀ, ਓਛੀ ਮਤ ਮੇਰੀ ਜਾਤ ਜੁਲਾਹ, ਹਰ ਕਾ ਨਾਮ ਲਿਓ ਮਹਿਲਾ। ਕਿਰਤ ਕਰਦੇ ਨੇ ਪਰ ਕਿਰਤ ਵੀ ਕੀਰਤਨ ਬਣ ਗਿਆ। ਇਹ ਗੁਰੂ ਤੋਂ ਬਗੈਰ ਜੁਗਤ ਨਹੀਂ ਆਏਗੀ। ਅੱਜ ਸਾਹਿਬ ਕਹਿੰਦੇ ਤੇਰਿਆਂ ਭਗਤਾਂ ਹਿਰਦੈ ਸਮਾਣੀਆਂ। ਤੂੰ ਨਦਰ ਕੀਤੀ ਤੇ ਗੁਰੂ ਦੇ ਰਾਹੀਂ ਭਗਤਾਂ ਦੇ ਹਿਰਦੇ ਵਿੱਚ ਹੀ ਜਾ ਕੇ ਬਹਿ ਗਿਆ। ਉਹ ਰੋਗੀ ਆਏ ਸਨ ਪਰ ਉਹਨਾਂ ਨੂੰ ਵੈਦ ਬਣਾ ਕੇ ਤੂੰ ਤੋਰ ਦਿੱਤਾ ਹੈ। ਸੁਖ ਸੇਵਾ ਅੰਦਰ ਰੱਖੇ ਐ, ਆਪਣੀ ਨਦਰ ਕਰੈ ਨਿਸਤਾਰ ਜੀਓ। ਨਿਸਤਾਰਾ ਉਹ ਆਪਣੀ ਨਦਰ ਨਾਲ ਹੀ ਕਰਦਾ, ਪਰ ਸੁੱਖ ਉਹਨੇ ਸੇਵਾ ਵਿੱਚ ਰੱਖਿਆ, ਸੇਵਾ ਵੀ ਕਰਾਏਗਾ ਤੇ ਨਦਰ ਉਹ ਨਿਸਤਾਰਾ ਆਪਣੀ ਨਦਰ ਨਾਲ ਕਰੇਗਾ, ਪਰ ਸੁੱਖ ਸੇਵਾ ਵਿੱਚ ਰੱਖੇਗਾ। ਇਹ ਗੁਰੂ ਦੀ ਇੱਕ ਵਿਸ਼ੇਸ਼ਤਾ ਹੈ। ਜਦੋਂ ਸਿੱਖ ਦੀ ਝੋਲੀ ਵਿੱਚ ਸੁੱਖ ਪਾਉਂਦਾ ਪਹਿਲਾਂ ਸੇਵਾ ਕਰਾਉਂਦਾ। ਜੇ ਉਹ ਸੇਵਾ ਕਰਨ ਵਾਲੇ ਨੂੰ ਸੇਵਾ ਦਾ ਗਰੂਰ ਹੋ ਜਾਏ, ਗੁਰੂ ਦੀ ਨਦਰ ਨਹੀਂ ਹੋਏਗੀ, ਨਿਸਤਾਰਾ ਨਹੀਂ ਹੋਏਗਾ। ਜਿੱਦਣ ਸੇਵਾ ਕਰਕੇ ਸੇਵਾ ਦਾ ਮਾਣ ਛੱਡ ਦਿੰਦਾ, ਕਿਉਂਕਿ ਕੰਮ ਨਦਰ ਨਾਲ ਹੀ ਹੋਣਾ, ਸੇਵਾ ਤੇ ਕਰਸਤਾ ਹੈ, ਕੰਮ ਨਦਰ ਨਾਲ ਹੀ ਹੋਣਾ, ਸੇਵਾ ਤੇ ਕਰਸਤਾ ਹੈ, ਉਸ ਰਸਤੇ ਦੇ ਜ਼ਰੀਏ ਉਹ ਮੰਜ਼ਿਲ ਤੱਕ ਪਹੁੰਚਿਆ ਜਾਂਦਾ। ਕਿਉਂਕਿ ਕੋਈ ਵੀ ਮੰਜ਼ਿਲ ਬਿਨਾਂ ਰਸਤੇ ਤੋਂ, ਬਿਨਾਂ ਮਾਰਗ ਤੋਂ ਨਹੀਂ ਆਏਗੀ, ਮਾਰਗ ਤੋਂ ਬਗੈਰ ਮੰਜ਼ਿਲ ਤੱਕ ਨਹੀਂ ਪਹੁੰਚ ਸਕੋਗੇ। ਹਾਂ, ਉਹ ਵੱਖਰੀ ਗੱਲ ਹੈ ਜਿੱਥੇ ਕਿਸੇ ਕਰੋੜਾਂ ਵਿੱਚੋਂ ਇੱਕ ਦੇ ਭਾਗ ਗੁਰੂ ਖੋਲ ਦਿੰਦਾ ਤੇ ਥੋੜ੍ਹੀ ਸੇਵਾ ਚੋਂ ਚੱਕ ਕੇ ਉਹਨੂੰ ਪ੍ਰਵਾਨ ਕਰ ਲੈਂਦਾ, ਉਹ ਕਿਤੇ ਕਿਤੇ ਵਾਪਰਦਾ। ਨਹੀਂ ਤੇ ਇਹ ਗੁਰੂ ਦੀ ਇੱਕ ਪ੍ਰਕਿਰਿਆ ਹੈ, ਪਹਿਲਾਂ ਸੇਵਾ ਵਿੱਚ ਲਾਉਂਦਾ। ਭਾਈ ਮੰਝ ਸਾਹਿਬ ਦੇ ਕੋਲ ਆਉਂਦੇ ਨੇ ਗੁਰੂ ਅਰਜਨ ਦੇ ਮਹਾਰਾਜ, ਪਹਿਲਾਂ ਸੇਵਾ ਵਿੱਚ ਲਾਉਂਦੇ। ਨਿਸਤਾਰਾ ਗੁਰੂ ਅਰਜਨ ਦੇ ਮਹਾਰਾਜ ਦੀ ਨਦਰ ਨਾਲ ਹੀ ਹੋਣਾ, ਕੱਲੀ ਸੇਵਾ ਕਰਨ ਨਾਲ ਨਹੀਂ ਕਿ ਲੱਕੜਾਂ ਲਿਆ ਕੇ ਲੰਗਰ ਵਿੱਚ ਪਾ ਦਿੱਤੀਆਂ, ਭੋਜਨ ਲੰਗਰ ਵਿੱਚ ਖਾਣਾ ਛੱਡ ਦਿੱਤਾ। ਗੁਰੂ ਵੇਖ ਰਿਹਾ ਸੀ ਕਿ ਕਿਸ ਦਿਨ ਨਦਰ ਦਾ ਇਹ ਪਾਤਰ ਬਣਦਾ, ਕਿਤੇ ਸੇਵਾ ਦਾ ਗਰੂਰ ਨਾ ਕਰ ਬੈਠੇ। ਦਾਤਾ ਜਿੱਥੇ 10 ਘੰਟੇ ਦਿਨ ਦੀਆਂ ਲੱਕੜਾਂ ਟੋਣੀਆਂ ਬਰਤਨ ਮਾਂਜਣੇ, ਉੱਥੋਂ ਲੰਗਰ ਵੀ ਨਹੀਂ ਛਕ ਸਕਦੇ। ਇੱਥੇ ਅਸੀਂ ਸੇਵਾ ਕਰਦੇ ਹਾਂ, ਕੋਈ ਬੰਦਾ ਰੋਕਦਾ
ਕਿ ਚਾਹ ਤੇ ਤੁਸੀਂ ਗੁਰਦੁਆਰਿਓਂ ਪੀਂਦੇ ਹੋ, ਕਹਿਣਗੇ ਸਵੇਰ ਦਾ ਆਇਆ ਹੋਇਆ, ਕਰਕੇ ਵੇਖੋ ਸੇਵਾ, 4 ਵਜੇ ਆਈਦਾ ਤਾਂ ਇੰਨੀ ਸੇਵਾ ਕਰਕੇ ਜੇਬ ਵਿੱਚੋਂ ਚਾਹ ਦੁੱਧ ਪੀ ਵੀ ਲਿਆ ਤੇ ਫਿਰ ਕੀ ਹੋ ਗਿਆ, ਭਾਵੇਂ ਦਿੱਤਾ ਗੁਰੂ ਦਾ ਹੀ ਸਿੱਖ ਖਾਂਦਾ, ਪਰ ਜਦੋਂ ਗੁਰੂ ਪਰਖਦਾ ਉਦੋਂ ਇੰਨੀ ਬਰੀਕ ਛਾਣਨੀ ਵਿੱਚੋਂ ਨਗਾਉਂਦਾ। ਸਾਹਿਬ ਕਹਿੰਦੇ ਨੇ ਭਾਈ ਮੰਝ ਜਿੰਨੀ ਕਰਦਾ ਉਨੇ ਦਾ ਲੰਗਰ ਛੱਕ ਜਾਂਦਾ, ਇਹਦਾ ਕੀ ਫਾਇਦਾ। ਉਸ ਦਿਨ ਤੋਂ ਛੱਡ ਦਿੱਤਾ। ਸਿੱਖ ਤਵਾਰੀਖ ਨੇ ਇਹ ਵੀ ਗਵਾਹੀ ਭਰੀ ਕਿ ਜਿਹੜਾ ਸੰਗਤ ਦਾ ਜੂਠਾ ਬਚਣਾ ਉਹ ਖਾ ਲੈਣਾ। ਫਿਰ ਗੁਰੂ ਅਰਜਨ ਦੇ ਮਹਾਰਾਜ ਪੁੱਛਦੇ ਭਾਈ ਮੰਝ ਹੁਣ ਕਿਵੇਂ ਗੁਜ਼ਾਰਾ ਚੱਲਦਾ। ਮਹਾਰਾਜ ਸੰਗਤ ਦੇ ਬਰਤਨ ਮਾਂਜੀਦੇ ਨੇ, ਜਿਹੜਾ ਕੋਈ ਟੁੱਕੜ ਛੱਡ ਦਿੰਦਾ ਮਹਾਰਾਜ ਉਹ ਮੈਂ ਖਾ ਲੈਂਦਾ, ਹੁਣ ਮੈਂ ਲੰਗਰ ਵਿੱਚੋਂ ਨਹੀਂ ਸੰਗਤ ਦਾ ਬਚਿਆ ਜੂਠਾ ਖਾ ਕੇ ਪੇਟ ਭਰ ਲੈਂਦਾ। ਸਾਹਿਬ ਕਹਿੰਦੇ ਨੇ ਭਾਈ ਮੰਝ ਹੁਣ ਤੇ ਤੂੰ ਕਿਸੇ ਦਾ ਹੱਕ ਮਾਰਨ ਲੱਗ ਪਿਆ। ਮਹਾਰਾਜ ਕਿਸੇ ਦਾ ਹੱਕ? ਕਹਿਣ ਲੱਗੇ ਜੂਠ ਉੱਤੇ ਜੀਵ ਜੰਤੂਆਂ ਦਾ ਹੱਕ ਸੀ, ਉਹ ਵਿਸ਼ਟ ਕੀੜੇ ਨੇ ਖਾਣਾ ਸੀ, ਉਹ ਕਿਸੇ ਪੰਛੀਆਂ ਨੇ ਖਾਣਾ ਸੀ, ਕਿਸੇ ਦਾ ਹੱਕ ਖਾਂਦਾ ਇਹ ਸੇਵਾ ਪ੍ਰਵਾਨ ਨਹੀਂ ਹੋਏਗੀ। ਸੱਤ ਵਚਨ ਕਹਿ ਕੇ ਫਿਰ ਸੇਵਾ 'ਚ ਲੱਗ ਗਏ। ਸਾਖੀ ਤੋਂ ਤੁਸੀਂ ਵਾਕਬ ਹੋ, ਜਿੱਦਣ ਗੁਰੂ ਫਿਰ ਨਜ਼ਰ ਕਰਦਾ ਤੇ ਨਿਸਤਾਰਾ ਕਿਸ ਤਰੀਕੇ ਨਾਲ, ਗੁਰੂ ਅਰਜਨ ਦੇ ਮਹਾਰਾਜ ਪੈਰਾਂ ਵਿੱਚ ਜੋੜਾ ਨਹੀਂ ਪਾਉਂਦੇ, ਮੇਰਾ ਸਿੱਖ ਖੂਹ ਵਿੱਚ ਡਿੱਗ ਗਿਆ, ਨੰਗੇ ਪੈਰੀਂ ਗੁਰੂ ਅਰਜਨ ਸਾਹਿਬ ਭੱਜੇ ਨੇ 2.5 ਮੀਲ ਆ ਕੇ ਉੱਥੇ ਧੰਨ ਗੁਰੂ ਅਰਜਨ ਦੇ ਮਹਾਰਾਜ ਨੇ ਸਿੱਖਾਂ ਸਮੇਤ ਭਾਈ ਮੰਝ ਨੂੰ ਖੂਹ 'ਚੋਂ ਕੱਢਿਆ। ਅੰਦਰੋਂ ਆਵਾਜ਼ ਦਿੱਤੀ, ਪਾਤਸ਼ਾਹ ਪਹਿਲਾਂ ਲੱਕੜ ਲੰਗਰ ਦੀ ਸੇਵਾ ਲੱਕੜਾਂ ਕੱਢ ਲਓ, ਮੈਨੂੰ ਬਾਅਦ 'ਚ ਕੱਢਿਓ। ਲੱਕੜਾਂ ਕੱਢ ਕੇ ਜਿੱਦਣ ਗੁਰੂ ਅਰਜਨ ਦੇ ਮਹਾਰਾਜ ਭਾਈ ਮੰਝ ਨੂੰ ਖੂਹ 'ਚੋਂ ਕੱਢਦੇ ਨੇ, ਉੱਦਣ ਬਾਂਹ ਤੋਂ ਪਕੜ ਕੇ ਘੁੱਟ ਕੇ ਸੀਨੇ ਨਾਲ ਲਾ ਲਿਆ, ਪੈਰਾਂ ਵਿੱਚ ਨਹੀਂ ਝੁਕਣ ਦਿੱਤਾ। ਕਿਉਂ? ਕਹਿੰਦੇ ਨੇ ਭਾਈ ਮੰਝ ਗੁਰੂ ਅਰਜਨ ਦੇਵ ਕਿੰਨੇ ਸਮੇਂ ਦੀ ਉਡੀਕ ਕਰਦੇ ਸੀ, ਕਿਸ ਦਿਨ ਭਾਈ ਮੰਝ ਡਿੱਗੇ। ਗੱਲ ਖੂਹ ਦੀ ਨਹੀਂ ਸੀ, ਗੱਲ ਅੰਦਰੋਂ ਗੁਰੂਰ ਡਿੱਗਣ ਦੀ ਸੀ, ਕਿੱਦਣ ਭਾਈ ਮੰਝ ਡਿੱਗ ਜਾਏ ਤੇ ਗੁਰੂ ਉੱਤੇ ਨਦਰ ਕਰਕੇ ਉਹਦਾ ਨਿਸਤਾਰਾ ਕਰ ਦੇ। ਹੁਣ ਤੂੰ ਰੋਗੀ ਨਹੀਂ, ਹੁਣ ਤੂੰ ਬੈਦ ਬਣ ਗਿਆ। ਜਿਹੋ ਜਿਹੇ ਰੋਗ ਸੰਸਾਰ ਨੂੰ ਲੱਗੇ ਨੇ, ਜਾ ਭਾਈ ਮੰਝ ਹੁਣ ਤੂੰ ਇਲਾਜ ਕਰਿਆ ਕਰ, ਆਪਣੇ ਪਿੰਡ ਚਲਾ ਜਾ ਕੰਗ ਮਾਈ। ਫਿਰ ਭਾਈ ਮੰਝ ਨੇ ਆਪਣੇ ਵਰਗੇ ਨੇਕਾਂ ਸਿੱਖ ਦੁਆਬੇ 'ਚ ਪੈਦਾ ਕੀਤੇ। ਕਹਿਣ ਤੋਂ ਭਾਵ ਇਹ ਕਿ ਸਤਿਗੁਰੂ ਨਦਰ ਨਾਲ ਨਿਸਤਾਰਾ ਕਰਦੇ ਨੇ, ਪਰ ਸੇਵਾ ਵਿੱਚ ਸੁੱਖ ਰੱਖਿਆ। ਅੱਜ ਹਜ਼ੂਰ ਕਹਿੰਦੇ ਸੁੱਖ ਸੇਵਾ ਅੰਦਰ ਰੱਖੇ, ਆਪਣੀ ਨਦਰ ਕਰੇ ਨਿਸਤਾਰ ਜੀਓ। ਆਪਣੀ ਨਜ਼ਰ ਕਰਕੇ ਨਿਸਤਾਰਾ ਕਰ ਦਿੰਦੇ ਨੇ, ਪਰ ਸੇਵਾ ਵਿੱਚ ਸੁੱਖ ਰੱਖ ਕੇ ਉਹਨੂੰ ਜੋੜ ਦਿੰਦੇ ਨੇ। ਸਤਿਗੁਰ ਮਿਲਿਆ ਜਾਣੀਐ, ਜਿਤ ਮਿਲਿਆ ਨਾਮ ਵਖਾਣੀਐ। ਪਰ ਇਹ ਕਹਾਣੀ ਗੁਰੂ ਨੂੰ ਮਿਲਣ ਤੋਂ ਬਾਅਦ ਜਾਣੀ ਜਾਂਦੀ ਹੈ, ਇਸ ਤੋਂ ਪਹਿਲਾਂ ਜਾਣਿਆ ਨਹੀਂ ਜਾ ਸਕਦਾ। ਤੇ ਸਾਹਿਬ ਕਹਿੰਦੇ ਸਤਿਗੁਰ ਬਾਝ ਨਾ ਪਾਇਓ। ਇਹ ਗੁਰੂ ਤੋਂ ਬਗੈਰ ਰੱਬ ਦੇ ਘਰ ਦੀ ਕਹਾਣੀ ਸਮਝ ਨਹੀਂ ਪਏਗੀ, ਜਾਣੀ ਨਹੀਂ ਜਾਏਗੀ। ਹਜ਼ੂਰ ਕਹਿੰਦੇ ਜਿੱਤ ਮਿਲੇ ਨਾਮ ਵਖਾਣੀ ਹੈ। ਜਦੋਂ ਗੁਰੂ ਨੂੰ ਮਿਲਦਾ ਫਿਰ ਗੁਰੂ ਉਹਦੇ ਅੰਦਰ ਨਾਮ ਦਾ ਧਨ ਦੇਖ ਕੇ ਉਹਦਾ ਨਾਮ ਚਲਾਉਂਦਾ, ਪਹਿਲਾਂ ਉਹਦੇ ਅੰਦਰ ਪਹਿਲਾਂ ਨਾਮ ਦਾ ਪ੍ਰਕਾਸ਼ ਕਰਦਾ, ਉਹਨੂੰ ਪਹਿਲਾਂ ਉਹ ਦਿੰਦਾ ਜਿਹਨੂੰ ਸਾਹਿਬ ਕਹਿਣਗੇ ਪਾਰ ਜਾਤ ਹਰ ਕੋ ਨਾਮ, ਕਾਮ ਤੇਨ ਹਰ ਹਰ ਗੁਣ ਗਾਵ। ਉਹਨੂੰ ਸਾਰੀਆਂ ਇਛਾਵਾਂ ਪੂਰਾ ਕਰਨ ਵਾਲਾ ਇੱਕ ਨਾਮ ਦੇ ਦਿੰਦਾ, ਉਸ ਚੀਜ਼ ਨਾਲ ਸਿੱਧਾ ਜੋੜ ਦਿੰਦਾ, ਗਿਆਨ ਗੁਰੂ ਕਰਾ ਦਿੰਦਾ, ਸੰਪਰਕ ਕਰਾ ਦਿੰਦਾ, ਜਿਹਨੂੰ ਕਹਿਣਗੇ ਇੱਛਾ ਪੂਰਕ ਸਰਵ ਸੁਖਦਾਤਾ ਹਰ, ਜਾ ਕੇ ਵਸ ਹੈ ਕਾਮ ਤੇ ਨਾ, ਸੋ ਐਸਾ ਹਰ ਧਿਆਈਐ ਮੇਰੇ ਜੀੜੇ, ਤਾਂ ਸਰਵ ਸੁੱਖ ਪਾਵੇ ਮੇਰੇ ਮਨਾਂ। ਗੁਰੂ ਫਿਰ ਉਸ ਨਾਮ ਨਾਲ ਉਹਦਾ ਸੰਪਰਕ ਕਰਾ ਦਿੰਦਾ ਤੇ ਉਸ ਤੋਂ ਬਾਅਦ ਕੀ ਹੁੰਦਾ? ਸਾਹਿਬ ਕਹਿੰਦੇ ਫਿਰ ਨਾਨਕ ਜਨ ਕੈ ਬਿਰਤ ਬਵੇਕੈ। ਫਿਰ ਸਿੱਖ ਵਿੱਚ ਇੱਕ ਤਬਦੀਲੀ ਆਉਂਦੀ, ਉਹਦੀ ਬਿਰਤ ਜਿਹੜੀ ਹੈ, ਬਿਰਤੀ ਜਿਹੜੀ ਹੈ, ਉਹ ਬਦਲਣੀ ਸ਼ੁਰੂ ਹੋ ਜਾਂਦੀ। ਜਦੋਂ ਬਿਰਤੀ ਬਦਲਣੀ ਸ਼ੁਰੂ ਹੋਈ ਉਦੋਂ ਧੰਨ ਆਟੋਮੈਟਿਕ ਉਹ ਨਾਮ ਦਾ ਵੱਧਦਾ ਜਾਏਗਾ। ਬਿਰਤੀ ਨਹੀਂ ਬਦਲ ਰਹੀ, ਸਾਡੇ ਵਿੱਚ ਇਹੀ ਕਮੀ ਹੈ। ਆਪਾਂ ਸਾਰੇ ਇਸ ਗੱਲ 'ਤੇ ਆਪੋ ਆਪਣੀ ਮਨ ਦੀ ਸਵੈ ਪੜਚੋਲ ਕਰੀਏ, ਕਿਤੇ ਨਾ ਕਿਤੇ ਜ਼ਰੂਰ ਕੋਈ ਕਮੀ ਹੈ। ਕਈ ਵਾਰ ਲੱਕੜ ਬਾਹਰੋਂ ਬਹੁਤ ਸੋਹਣੀ ਲੱਗਦੀ ਹੈ, ਪਾਲਿਸ਼ ਵਾਲੀ, ਬਾਹਰੋਂ ਅਸੀਂ ਬਹੁਤ ਸੋਹਣੇ ਲੱਗ ਰਹੇ ਕਰਮਾਂ ਕਰਕੇ, ਲੱਕੜ ਨੂੰ ਬਾਹਰੋਂ ਪਾਲਿਸ਼ ਕੀਤੀ ਬੜੀ ਸੋਹਣੀ ਹੈ, ਪਰ ਕਈ ਵਾਰ ਉਹਦੇ ਅੰਦਰ ਤਾਕਤ ਨਹੀਂ ਰਹਿੰਦੀ। ਕਿਉਂ?
ਕਿਸੇ ਘੁਣ ਦੇ ਕੀੜੇ ਨੇ ਅੰਦਰੋਂ ਖਾ ਲਿਆ, ਉਹਨੂੰ ਖੋਖਲੀ ਕਰ ਦਿੱਤਾ। ਬਾਹਰੋਂ ਸੋਹਣੀ ਲੱਗੇਗੀ, ਅੰਦਰ ਖੋਖਲਾ ਹੋ ਗਿਆ, ਉਹ ਟੁੱਟ ਜਾਏਗਾ, ਭਾਰ ਨਹੀਂ ਸਹਿ ਸਕੇਗੀ। ਸਾਹਿਬ ਕਹਿੰਦੇ ਤੇਰੇ ਅੰਦਰ ਔਗਣਾਂ ਦੇ ਘੁਣ ਲੱਗੇ ਨੇ, ਤੈਨੂੰ ਖੋਖਲਾ ਕਰ ਦੇਣਗੇ। ਗੁਰੂ ਦੇ ਅੱਗੇ ਹੱਥ ਜੋੜ ਕੇ ਅਰਦਾਸ ਕਰ, ਇਹ ਅੰਦਰ ਦੇ ਔਗਣਾਂ ਦੇ ਕੀੜੇ ਉਹ ਘੁਣ ਮਰ ਜਾਏ, ਤੇਰੀ ਤਾਕਤ ਅੰਦਰੋਂ ਬਣੀ ਰਹੇ। ਪਰ ਇਹ ਕੌਣ ਕਰੇਗਾ? ਸਤਿਗੁਰੂ ਤੋਂ ਬਗੈਰ, ਸਾਹਿਬ ਕਹਿੰਦੇ ਨਹੀਂ ਹੋਏਗਾ। ਸਤਿਗੁਰ ਬਾਜ ਨਾ ਪਾਇਓ, ਸਭ ਥੱਕੀ ਕਰਮ ਕਮਾਏ ਜੀਓ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਤਿਗੁਰੂ ਤੋਂ ਬਗੈਰ ਨਹੀਂ ਹੋਏਗਾ। ਸਾਹਿਬ ਕਹਿੰਦੇ ਸਭ ਥੱਕੀ ਕਰਮ ਕਮਾਏ ਜੀਓ, ਸਭ ਕਰਮ ਕਮਾ ਕਮਾ ਕੇ ਥੱਕ ਗਏ, ਸਤਿਗੁਰੂ ਤੋਂ ਬਗੈਰ ਨਹੀਂ ਹੋ ਸਕਿਆ। ਵੱਡੇ ਵੱਡੇ ਕਰਮੀ ਬੰਦੇ ਰੁਲ ਗਏ, ਵੱਡੇ ਵੱਡੇ ਜਪ ਤਪ ਕਰਨ ਵਾਲੇ ਰੁਲ ਗਏ, ਜਦੋਂ ਸਤਿਗੁਰ ਨੇ ਆਪਣਾ ਹੱਥ ਚੁੱਕ ਲਿਆ, ਉਹਨਾਂ ਬੰਦਿਆਂ ਦੇ ਪੱਲੇ ਕੁਝ ਨਹੀਂ ਰਿਹਾ। ਗੁਰੂ ਦੇ ਕੋਲ ਰਹੇ, ਗੁਰੂ ਨੇ ਖੁਦ ਪਾਲਿਆ, ਗੁਰੂ ਨੇ ਖੁਦ ਜੁਗਤਾਂ ਸਿਖਾਈਆਂ, ਤੇ ਜਿੱਦਣ ਅੰਦਰ ਗਰੂਰ ਪੈਦਾ ਹੋਇਆ, ਅੰਦਰ ਘੁਣ ਐਸਾ ਲੱਗ ਗਿਆ, ਉਹਨੇ ਅੰਦਰੋਂ ਖੋਖਲੇ ਕਰ ਦਿੱਤੇ। ਪਰਤ ਕੇ ਉਹ ਬੰਦੇ ਗੁਰੂ ਨੂੰ ਕਹਿਣ ਲੱਗ ਜਾਂਦੇ, ਜੇ ਮੈਂ ਨਾ ਹੋਵਾਂ ਤੇ ਗੁਰੂ ਜੰਗ ਹੀ ਨਹੀਂ ਜਿੱਤ ਸਕਦਾ। ਸਾਹਿਬ ਨੇ ਕਿਹਾ ਅੰਦਰ ਘੁਣ ਲੱਗ ਗਿਆ। ਬਾਹਰੋਂ ਬੜਾ ਸੋਹਣਾ, ਲੋਕ ਕਹਿੰਦੇ ਨੇ ਪੈਂਦੇ ਖਾਂ ਗੁਰੂ ਹਰਗੋਬਿੰਦ ਸਾਹਿਬ ਦਾ ਨੇੜਦਾ ਹੈ। ਗੁਰੂ ਹਰਗੋਬਿੰਦ ਸਾਹਿਬ ਪਹਿਲਾਂ ਦੁੱਧ ਇਹਨੂੰ ਪਿਲਾਉਂਦੇ ਨੇ, ਆਪ ਭੋਜਨ ਛਕਣ ਤੋਂ ਪਹਿਲਾਂ ਉਹਨੂੰ ਛਕਾਉਂਦੇ ਨੇ, ਇੰਨੇ ਲਾੜ ਨਾਲ ਪਾਲਿਆ, ਕੋਲ ਰੱਖਿਆ, ਫਿਰ ਘੁਣ ਅੰਦਰ ਲੱਗ ਗਿਆ ਲੱਕੜ ਦੇ। ਤੇ ਹੁਣ ਗੁਰੂ ਜਿੰਨੀ ਦੇਰ ਉਹ ਨਹੀਂ ਢਹੇਗਾ ਗੁਰੂ ਅੱਗੇ, ਉਨੀ ਦੇਰ ਗੁਰੂ ਇਲਾਜ ਨਹੀਂ ਕਰੇਗਾ ਅੰਤ ਤੱਕ। ਪਹਿਲਾਂ ਸਾਹਿਬ ਨੇ ਜੁਗਤ ਵਰਤ ਕੇ ਇਲਾਜ ਕੀਤਾ, ਤੋਰ ਦਿੱਤਾ ਛੁੱਟੀ, ਜਾ ਚਲਾ ਜਾ ਆਪਣੇ ਘਰ ਪਿੰਡ, ਥੋੜ੍ਹੇ ਦਿਨ ਘੁੰਮਿਆ ਚਲਾ ਗਿਆ। ਬਾਅਦ ਵਿੱਚ ਇੱਕ ਜੰਗ ਹੋਈ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹ ਜੰਗ ਜਿੱਤ ਗਏ, ਸਾਹਿਬ ਦੇ ਸਿੱਖ ਜਿੱਤ ਗਏ। ਪੈਂਦੇ ਖਾਂ ਤੇਰਾ ਇਲਾਜ ਹੋ ਜਾਏ, ਕਿ ਗੁਰੂ ਚਾਹਵੇ ਤੇ ਜਿਹਨੂੰ ਮਰਜ਼ੀ ਪੈਂਦੇ ਖਾਂ ਵਰਗੀ ਤਾਕਤ ਦੇ ਕੇ ਜੰਗ ਜਿਤਾ ਦੇ। ਤੇਰੇ ਤੋਂ ਬਗੈਰ ਵੀ ਜੰਗ ਜਿੱਤੀ ਗਈ, ਪਰ ਰੋਗ ਇੰਨਾ ਵੱਡਾ ਸੀ ਕਿ ਉਹ ਚੀਜ਼ ਨੇ ਉਲਟਾ ਅਸਰ ਕਰ ਦਿੱਤਾ। ਕਈ ਵਾਰ ਅਹੰਕਾਰੀ ਬੰਦੇ ਨੂੰ ਕੋਈ ਸ਼ਬਦ ਕਹੋ, ਇਲਾਜ ਹੋ ਜਾਏ ਤੇ ਹੋ ਜਾਏ, ਨਹੀਂ ਤੇ ਕਈ ਵਾਰ ਉਹਨੂੰ ਸ਼ਬਦ ਕਹਿ ਦਿਓ, ਉਹ ਤੁਹਾਡਾ ਬੈਰੀ ਬਣ ਜਾਏਗਾ। ਕੁਝ ਮੈਡੀਕਲ ਲਾਈਨ ਵਿੱਚ ਇਹੋ ਜਿਹੀਆਂ ਦਵਾਈਆਂ ਨੇ, ਡਾਕਟਰ ਉਹ ਦੇਣ ਲੱਗਿਆਂ ਦੁਬਧਾ ਵਿੱਚ ਇੱਕ ਵਾਰ ਰਹਿੰਦਾ ਹੈ। ਜੇ ਤੇ ਉਹ ਦਵਾਈ ਕੰਮ ਕਰ ਗਈ ਤੇ ਰੋਗ ਨੂੰ ਯਕਲਕਤ ਕੱਟ ਦੇਗੀ, ਨਹੀਂ ਕੰਮ ਕਰੇਗੀ, ਪ੍ਰੋਸੀਜਰ ਬੜਾ ਲੰਬਾ ਹੋ ਜਾਏਗਾ। ਉਹ ਦਵਾਈ ਤੋਂ ਉੱਪਰ ਉਹਨੂੰ ਉਪਯੋਗ ਕਰਕੇ ਵੇਖਦਾ। ਉਹ ਕਦੇ ਸਤਿਗੁਰ ਨੇ ਇਹ ਉਪਯੋਗ ਕੀਤਾ, ਪਰ ਪੈਂਦੇ ਖਾਂ ਖਾਲੀ ਰਹਿ ਗਿਆ। ਫਿਰ ਮੈਦਾਨੇ ਜੰਗ ਵਿੱਚ ਜੋ ਵਾਪਰਿਆ, ਉਦਣ ਹਜ਼ੂਰ ਤੇ ਫਿਰ ਉਹ ਤਲਵਾਰ ਧੂ ਕੇ ਆ ਗਿਆ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਮਾਰ ਦਾਂਗਾ। ਬਾਹਰ ਕੀਤੇ ਮੇਰੇ ਸਤਿਗੁਰਾਂ, ਫਿਰ ਕੋਈ ਢਾਲ ਮਾਰ ਕੇ ਕਿਹਾ ਸੀ, ਪੈਂਦੇ ਖਾਂ ਪੁੱਤ ਬਾਹਰ ਕਿਵੇਂ ਕਰੀਦਾ ਮੈਂ ਤੈਨੂੰ ਦੱਸਦਾ। ਡਿੱਗਦਿਆਂ ਸਾਰ ਕਹਿੰਦਾ ਹਾਏ ਅੰਮਾ, ਤੇ ਗੁਰੂ ਫਿਰ ਪਰਉਪਕਾਰੀ ਹੈ, ਪਾਣੀ ਕਾਠ ਨਾ ਡੋਬੇ ਪਾਲੇ ਦੀ ਲੱਜੈ, ਪਾਣੀ ਜਿਹੜੇ ਦਰਖਤ ਨੂੰ ਪਾਲਦਾ, ਇੱਕ ਇੱਕ ਬੂੰਦ ਦੇ ਕੇ ਉਹਨੇ ਦਰਖਤ ਪਾਲਿਆ ਹੁੰਦਾ, ਲੱਕੜ ਨੂੰ ਡੁੱਬਣ ਨਹੀਂ ਦਿੰਦਾ, ਤਾਰ ਦਿੰਦਾ। ਇੱਦਾਂ ਗੁਰੂ ਨੇ ਢਾਲ ਦੀ ਛਾਂ ਕਰਕੇ ਕਹਿ ਦਿੱਤਾ, ਪੈਂਦੇ ਖਾਂ ਅੰਮਾ ਨਾ ਕਹਿ ਪੁੱਤ ਅੱਲਾ ਕਹਿ, ਜਾ ਤੈਨੂੰ ਮੁਕਤੀ ਮਿਲੇਗੀ। ਗੁਰੂ ਉੱਥੇ ਵੀ ਭਲਾ ਕਰਦਾ। ਅੱਜ ਮੇਰੇ ਸਤਿਗੁਰ ਜੀ ਬਖਸ਼ਿਸ਼ ਕਰਦੇ, ਕਰਮ ਕਮਾ ਕਮਾ ਕੇ ਦੁਨੀਆਂ ਥੱਕ ਜਾਏਗੀ, ਪਰ ਸਤਿਗੁਰ ਬਾਜ ਨਾ ਪਾਇਓ, ਸਭ ਥੱਕੀ ਕਰਮ ਕਮਾਏ ਜੀਓ। ਗੁਰੂ ਅੱਗੇ ਆਪਾਂ ਅੰਦਰੋਂ ਢਹਿ ਪੈਣਾ, ਇਹ ਮੇਰੇ ਸਤਿਗੁਰੂ ਮੇਰੇ ਕਰਮਾਂ ਨਾਲ ਮੈਨੂੰ ਨਹੀਂ ਮਿਲੇਗਾ, ਕਰਮ ਜੇ ਕਰਦਾ ਹਾਂ ਤੇ ਤੁਸੀਂ ਕਰਾਉਂਦੇ ਹੋ, ਅੰਮ੍ਰਿਤ ਵੇਲੇ ਜੇ ਉਠਾਉਂਦੇ ਹੋ ਤੇ ਤੁਸੀਂ ਉਠਾਉਂਦੇ ਹੋ, ਨਿਤਨੇਮ ਜੇ ਬਖਸ਼ਦੇ ਹੋ ਤੇ ਤੁਸੀਂ ਬਖਸ਼ਦੇ ਹੋ, ਸੰਗਤ ਵਿੱਚ ਜੇ ਤੁਸੀਂ ਲਿਆਉਂਦੇ ਹੋ ਤੇ ਤੁਸੀਂ ਲਿਆਉਂਦੇ ਹੋ, ਮੇਰੇ ਕਰਮ ਨਹੀਂ। ਜਿੱਦਣ ਆਪਣੀ ਹੋਂਦ ਛੱਡੀ, ਉੱਦਣ ਗੁਰੂ ਦੀ ਕਿਰਪਾ ਫਿਰ ਵੇਖਿਓ। ਅੱਜ ਸਾਹਿਬ ਕਹਿੰਦੇ ਫਿਰ ਕਿਰਪਾ ਵਰਤ ਜਾਏਗੀ। ਓ ਸਤਿਗੁਰ ਵਿਟੋ ਕੁਮਾਇਆ, ਜਿਨ ਭ੍ਰਮ ਭੁੱਲਾ ਮਾਰਗ ਪਾਇਆ। ਕਹਿੰਦੇ ਮੈਂ ਸਤਿਗੁਰੂ ਤੋਂ ਕੁਰਬਾਨ ਤੇ ਬਲਿਹਾਰ ਜਾਵਾਂ, ਜਿਹਨੇ ਭੁੱਲੇ ਹੋਏ ਨੂੰ ਮਾਰਗ ਪਾ ਦਿੱਤਾ। ਮੈਂ ਭੁੱਲ ਗਿਆ ਸੀ,
पाठ करके गुरूर, दान करके गुरूर, तीर्थ करके गुरूर, मैं तीर्थ उत्थे कर आया। पंजा तख्तों के दर्शन कर लै, कई यही माण मार लेंद, मैं चार बार हेमकुंड साहब जाया। हद हो गई गल वाली, अनेक पंछी ने जिहड़े कई कई बार हेमकुंड साहब जाया, नहीं मुक्ति मिलेगी। मेरे इस कहण का भाव यह ना लै लेना कि गुरु धामां की निंदिया वाली गल है, पर हाथ जोड़ बेनती करा, कल्ले जान नाल मुक्ति नहीं मिलेगी। जिन्नी देर साडी बिरत विवेक जिहड़ी है वह अंदरों बिरती नहीं बदलती, अज साहब कहिंदे इह भ्रम है तैनूं कि जान नाल मुक्त हो जाएगा, भरम है कि दान नाल मुक्त हो जाएगा, भरम है कि पूजा पाठ नाल मुक्त हो जाएगा, नहीं उहदे पिछे बिरती बदलनी पएगी। नहीं तो साहब ने कहा इशनान ते हाथी भी कर दे, बाहर निकल के चिक्कड़ विच लिट लै, उहदा इशनान किसे कम दा नहीं। आ तेरे हालात ने, दान गुरद्वारे कर दे ते बाद विच परत के बाहर वेखदा फिरदे, मेरे बारे कोई गल भी कर दे, मैं दित्ता कुछ, इत्थों तक माफ़ी देना। आपां लंगर प्रशादा तैयार करके छकाउने और परत के दो तीन बार घूम घूम के वेखदे अगला कवे कि भी प्रशादा बहुत वधिया बनाया, इस चीज़ की अंदर मन भुख रखता है कि मैनू कोई उस्तत मान करे। हजूर कहिंदे ने चीज़ मिटाउणी पैगी, मैं ऐसे गुरमुखां दे दीदार किते ने, लखां रुपया ला के उन्हें समागम किया, रात ही असीं गए सी, बहुत वड्डा समागम सी, और जदों वो मालक सज्जन मैनूं लभणा, पहलां तां मैं उन्हूं जाणदा ही सी, पर रात एक बड़ी कमाल की गल, इन्ने लखां रुपए का समागम कर रहा होवे ते संगत विच सब तो पिछे सादे जे वस्त्र पा के बैठा, वापसी आउण लगे, वह कहिंदे जी उन्हां नूं मिला ले ते पिछों उठ के आया फतेह बुलाउण। नहीं तो बंदा थोड़ा जिहा खर्च करे परत के माफ करना, वह सब तो आगू बनने का यतन करदा, कादे लई कि मैं दसा कि कम मैं कीता है। हजूर कहिंदे ने तैनूं खाक होना पैणा। हाँ, एक अवस्था ऐसी आएगी जिथे ये बाहर की चीज कोई अफेक्ट तुहाडे ते नहीं करेगी, कोई किते भी बैठे, पर असर अहंकार का हुणों हट जाएगा। पहला पहल हुंदा है, चीज यकलक तो नहीं वापरेगा, पहला विहास करना पैंदा, फिर माया विच रहिंदिया भी निर्लेप हो जाओगे। उन्हां बारे फिर साहब की बाणी ते गुरमत ने यह इशारा जरूर किया कि भगत वड्डा राजा जनक है, गुरमुख माया विच उदासी, वह विरलियां ते उदों वापरदे कि माया विच रहिंदे ने पर उदास रहिंदे ने, असर हुणों हट जाए, पर पहले पहले का व्यास करना पैना। नहीं तो साहब कहिंदे तीर्थ वरते अर दान कर, मन मैं धरे गुमान, नानक ने फल जात ते ज्यों कुंच रिशनान। ये भरम किने दूर किया? सतगुरु ने, जिन भ्रम भूला मार्ग पाया। इसलिए उस गुरु तो कुरबान जाइए, फिर एक बार उस गुरु का ध्यान धरियो, वो बिना वड्डे भागों तो नहीं मिलता। जे तुसी गुरु वाले होए हो ते तुसी गुरु का शुकराना करके जायो, तुहाडे भाग वड्डे ने। जिन्हां गुरु ने अपना बनाया है, अपनी रहत दे दित्ती, अपनी सिक्खी बख्श दित्ती, समझो तुसी वड्डे भागों वाले हो, तां बख्शी है, नहीं तो नहीं मिलेगी। जदों जंगल विच्चों किसी ने लंघना होवे ना, उहनूं पता है मैनू जंगल विच कोई रस्ता दसन वाला नहीं मिलेगा। अणजाण इलाके विच्चों लंघ दे ते मन विच होवे मैनू रस्ता दसन वाला नहीं मिलेगा, मैं वापस भी आना है, फिर एक चीज़ सियाणा बंदा करदा, कुछ मेन मेन चीज़ां अपनी सुरती विच रख लैंदा, वापस आवांगा ते उहदे आसरे आ जाऊंगा। जंगल विच जांदा है, कोई ना कोई निशानियां रख लैंदा रस्ते च, वापस आवांगा, दसन वाला कोई नहीं होएगा ते किवें निकलांगा इस जंगल चो, निशानियां होणगियां, उन्हां दे आसरे आ जाऊंगा। अनजाण इलाके विच गए हो, कुछ बिल्डिंगां बंदा सुरती विच निशानी वजों रख लैंदा, इन्ने मोड़ ने आ बिल्डिंग है, जिहड़ा सुरती विच निशान रखदा वह वापस अपने घर तक पहुँचद। मेरे गुरु ने जिन्हों सिखी का निशान दिता है, उन्होंने गुरु ने अपने घर तक वापस लियाने लिए दिता है, तुसी वड्डे भागां वाले, क्योंकि निशान ने। चार वजर कुरेतां तो बरज देना, पंज ककारां दे धारनी कर देना, निशान दिता है,
ਇਹਨਾਂ ਨਿਸ਼ਾਨੀਆਂ ਨਾਲ ਵਾਪਸ ਆ ਜਾਏਗਾ। ਜਿੱਦਣ ਰੱਬ ਨੇ ਘੱਲਿਆ ਸੀ ਤੈਨੂੰ ਕੇਸਾਂ ਧਾਰੀ ਕਰਕੇ ਘੱਲਿਆ ਸੀ, ਜੇ ਤੈਨੂੰ ਗੁਰੂ ਨੇ ਕੇਸਾਂ ਦਾ ਨਿਸ਼ਾਨ ਦੇ ਦਿੱਤਾ ਹੈ, ਵਾਪਸ ਆਉਣ ਦੀ ਨਿਸ਼ਾਨੀ। ਹੁਣ ਪਿਆਰ ਨਾਲ ਸਮਝਿਓ, ਜੇ ਵੱਡੇ ਭਾਗ ਨੇ ਤੇ ਕਿਤੇ ਲਿਖਿਆ ਪੜ੍ਹੋ ਸਾਹਿਬ ਦਾ ਹੁਕਮਨਾਮਾ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਗੁਰੂ ਮਿਲਿਆ ਉਹ ਵੱਡੇ ਭਾਗਾਂ ਵਾਲੇ ਨੇ। ਗੁਰਪੂਰਾ ਪਾਇਓ ਵਡਭਾਗੀ, ਨਹੀਂ ਤੇ ਨਹੀਂ ਮਿਲੇਗਾ ਜੇ ਵੱਡੇ ਭਾਗ ਨਹੀਂ। ਗੁਰਪੂਰਾ ਪਾਇਓ ਵਡਭਾਗੀ, ਮਨੇ ਭਇਆ ਪਰਗਾਸਾ, ਕੋਈ ਨਾ ਪਹੁੰਚਣ ਹਾਰਾ, ਦੂਜਾ ਆਪਣੇ ਸਾਹਿਬ ਕਾ ਪਰਵਾਸਾ। ਤੇ ਮਹਾਰਾਜ ਕਹਿੰਦੇ ਜੇ ਉਹਦਾ ਪਰਵਾਸਾ ਹੈ ਨਾ, ਉਹ ਬੰਧਨ ਕੱਟਣ ਹਾਰ ਹੈ, ਉਹ ਤੈਨੂੰ ਵਿਘਨ ਨਹੀਂ ਲੱਗਣ ਦਏਗਾ। ਉਹ ਐਸਾ ਸਤਿਗੁਰੂ ਹੈ ਜਿਹੜਾ ਵਿਘਨ ਬਿਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦ੍ਰਿੜਾਇਆ, ਖੋਏ ਪਾਪ ਪਏ ਸਭ ਪਾਵਣ, ਜਨ ਨਾਨਕ ਸੁਖ ਕਰ ਆਇਆ। ਫਿਰ ਐਸੇ ਗੁਰੂ ਤੋਂ ਕੀ ਕਰ, ਬਲਿਹਾਰ ਜਾਇਆ ਕਰ, ਹੱਥ ਜੋੜ ਕੇ ਕਿਹਾ ਕਰ, ਆਪਣੇ ਸਤਿਗੁਰ ਕੈ ਬਲਿਹਾਰ, ਆਪਣੇ ਸਤਿਗੁਰ ਕੈ ਬਲਿਹਾਰ, ਸਤਿਗੁਰ ਕੈ ਬਲਿਹਾਰ, ਆਪਣੇ ਸਤਿਗੁਰ ਕੈ ਬਲਿਹਾਰ, ਸਤਿਗੁਰ ਕੈ ਬਲਿਹਾਰ, ਆਪਣੇ ਸਤਿਗੁਰ ਕੈ ਬਲਿਹਾਰ, ਸਤਿਗੁਰ ਕੈ ਬਲਿਹਾਰ। ਅੱਗੇ ਸੁਖ ਪਾਛੈ ਸੁਖ ਸਹਿਜਾ, ਅੱਗੇ ਸੁਖ ਪਾਛੈ ਸੁਖ ਸਹਿਜਾ, ਅੱਗੇ ਪਾਛੈ ਸੁਖ ਸਹਿਜਾ, ਅੱਗੇ ਸੁਖ ਪਾਛੈ ਸੁਖ ਸਹਿਜਾ, ਘਰ ਆਨੰਦ ਹਮਾਰੇ, ਆਪਣੇ ਸਤਿਗੁਰ ਕੈ, ਸਤਿਗੁਰ ਕੈ ਬਲਿਹਾਰ, ਆਪਣੇ ਸਤਿਗੁਰ ਕੈ ਬਲਿਹਾਰ, ਘਰ ਆਨੰਦ ਆਪਣੇ ਸਤਿਗੁਰ ਬਲਿਹਾਰ, ਸਤਿਗੁਰ ਕੈ ਬਲਿਹਾਰ। ਕਿਉਂਕਿ ਸਤਿਗੁਰੂ ਕੀ ਕਰਦਾ, ਹੋ ਸਤਿਗੁਰ ਬਿਟੋ ਘੁਮਾਇਆ, ਜਿਨ ਭ੍ਰਮ ਭੁੱਲਾ ਮਾਰਗ ਪਾਇਆ, ਨਦਰ ਕਰੇ ਜੇ ਆਪਣੀ ਆਪੇ ਲਏ ਰਲਾਏ ਜੀਓ। ਜਦੋਂ ਆਪਣੀ ਨਦਰ ਕਰਦਾ ਹੈ ਫਿਰ ਆਪਣੇ ਨਾਲ ਰਲਾ ਲੈਂਦਾ, ਨਾਲ ਰਲਾਉਣ ਦਾ ਭਾਵ ਉਹ ਫਿਰ ਮਸਲਤ ਕਰਨ ਲੱਗ ਜਾਂਦਾ, ਉਹ ਇੰਨਾ ਕੁ ਨੇੜੇ ਕਰ ਦਿੰਦਾ। ਇੱਕ ਪੰਕਤੀ ਤੁਸੀਂ ਜਪਜੀ ਸਾਹਿਬ ਵਿੱਚ ਰੋਜ਼ ਪੜ੍ਹਦੇ ਹੋ, ਜਿਸ ਨੂੰ ਬਖਸ਼ੇ ਸਿਵਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਗੁਰੂ ਦੀ ਝੋਲੀ ਵਿੱਚ ਸਿਫਤ ਵੀ ਪਾਉਂਦਾ ਆਪਣੀ, ਤੇ ਦੂਜੇ ਅਰਥੇ ਦੀ ਵੀ ਹੋਣਗੇ, ਉਹ ਗੁਰੂ ਉਹਦੇ ਨਾਲ ਸਲਾਹ ਵੀ ਰੱਖਣ ਲੱਗ ਪੈਂਦਾ, ਦੋਏ ਚੀਜ਼ਾਂ ਬਖਸ਼ ਦਿੰਦਾ, ਸਿਫਤ ਵੀ ਤੇ ਸਲਾਹ ਵੀ। ਤੁਸੀਂ ਸਲਾਹ ਹਰ ਇੱਕ ਨਾਲ ਨਹੀਂ ਕਰੋਗੇ, ਜਿਹਦੇ ਨਾਲ ਮਿਲ ਵਰਤੋਂ ਹੈ ਉਹਦੇ ਨਾਲ ਬੰਦਾ ਸਲਾਹ ਮਸ਼ਵਰਾ ਕਰਦਾ, ਕਿਸੇ ਔਖੇ ਵੇਲੇ ਕਿਸੇ ਕੰਮ ਲਈ ਕਿਸੇ ਖਾਸ ਨੂੰ ਕਹਿੰਦੇ ਹੋ ਕਿ ਜਰਾ ਘਰ ਆਉਣਾ, ਆਪਾਂ ਕੋਈ ਸਲਾਹ ਕਰਨੀ। ਫਿਰ ਉਹ ਸਿੱਖ ਉਹਨੂੰ ਗੁਰੂ ਆਪਣੇ ਨਾਲ ਰਲਾ ਲੈਂਦਾ, ਉਹਦੇ ਨਾਲ ਸਲਾਹ ਮਸ਼ਵਰਾ ਕਰਨ ਲੱਗ ਪੈਂਦਾ। ਇਹਨੂੰ ਸਾਹਿਬ ਕਹਿਣਗੇ ਅਵਨਾਸੀ ਜੀ ਅਨਕੋ ਦਾਤਾ, ਸਿਮਰਤ ਸਭ ਮਲ ਖੋਈ, ਗੁਣ ਨਿਦਾਨ ਭਗਤਨ ਕੋ ਵਰਤਨ, ਬਿਰਲਾ ਪਾਵੇ ਕੋਈ। ਉਹ ਫਿਰ ਮਿਲ ਵਰਤੋਂ ਕਰਨ ਲੱਗ ਪੈਂਦਾ, ਉਹ ਸਲਾਹ ਮਸ਼ਵਰਾ ਕਰਨ ਲੱਗ ਪੈਂਦਾ, ਉਹ ਆਪਣੇ ਨਾਲ ਰਲਾ ਲੈਂਦਾ। ਅੱਜ ਸਾਹਿਬ ਕਹਿੰਦੇ ਨਦਰ ਕਰੇ ਜੇ ਆਪਣੀ ਆਪੇ ਲਏ ਰਲਾਏ ਜੀਓ, ਉਹ ਨਦਰ ਕਰਕੇ ਆਪਣੇ ਨਾਲ ਫਿਰ ਰਲਾ ਲੈਂਦਾ ਹੈ। ਤੂੰ ਸਭਨਾ ਮਹ ਸਮਾਇਆ, ਤਿੰਨ ਕਰਤੈ ਆਪ ਲੁਕਾਇਆ। ਫਿਰ ਬਹੁਤ ਵੱਡਾ ਇੱਕ ਗੁੱਝਾ ਭੇਦ ਸਤਿਗੁਰੂ ਦੱਸਦਾ ਹੈ, ਉਹ ਪਤਾ ਕੀ ਕਿ ਉਹ ਜੋ ਪਰਮਾਤਮਾ ਹੈ
ਉਹ ਸਾਰਿਆਂ ਵਿੱਚ ਸਮਾਇਆ ਹੋਇਆ, ਪਰ ਉਸ ਕਰਤੇ ਨੇ ਆਪਣਾ ਆਪ ਲੁਕਾਇਆ ਹੋਇਆ, ਕਿਸੇ ਨੂੰ ਨਹੀਂ ਦਿਖਾਉਂਦਾ। ਉਹ ਸਭ ਵਿੱਚ ਸਮਾਇਆ ਪਰ ਲੁੱਕ ਕੇ ਬੈਠਾ, ਖਾਮੋਸ਼ ਬੈਠਾ। ਸਾਰੀ ਉਮਰ ਲੰਘ ਜਾਏਗੀ, ਤੁਹਾਡੇ ਨਾਲ ਰੱਬ ਅੰਦਰੋਂ ਨਹੀਂ ਬੋਲੇਗਾ। ਕਿੰਨੀ ਦੇਰ? ਜਿੰਨੀ ਦੇਰ ਸਤਿਗੁਰੂ ਨਹੀਂ ਬੁਲਾਉਂਦਾ, ਜਿੰਨੀ ਦੇਰ ਸਤਿਗੁਰੂ ਦੇ ਰਾਹੀਂ ਨਹੀਂ ਤੁਰਦੇ, ਉਨੀ ਦੇਰ ਅੰਦਰ ਬੈਠਾ ਪਰਮਾਤਮਾ ਨਹੀਂ ਬੋਲਦਾ। ਸਾਹਿਬ ਕਹਿੰਦੇ ਤੂੰ ਸਭਨਾ ਮੈਂ ਸਮਾਇਆ, ਇਹ ਸਿੱਖ ਨੂੰ ਸਮਝ ਆ ਜਾਂਦੀ। ਪਰ ਤਿੰਨ ਕਰਤੇ ਆਪ ਲੁਕਾਇਆ, ਜਦੋਂ ਸਮਝ ਆਉਂਦੀ ਕਿ ਸਭਨਾ ਮਾਹੇ ਸਮਾਇਆ, ਬਿਰਤੀ ਬਦਲ ਜਾਂਦੀ। ਕਿਸੇ ਦੀ ਨਿੰਦਿਆ ਨਹੀਂ ਕਰੇਗਾ, ਕਿਸੇ ਨੂੰ ਬੁਰਾ ਨਹੀਂ ਆਖੇਗਾ, ਕਿਸੇ ਦਾ ਔਗਣ ਵੇਖੇਗਾ ਤੇ ਵੀ ਕਹੇਗਾ ਕਰਤੇ ਪੁਰਖ ਤੇਰਾ ਕੌਤਕ ਹੈ, ਕਿਸੇ ਦਾ ਗੁਣ ਵੇਖੇਗਾ ਤਾਂ ਵੀ ਕਹੇਗਾ ਇਹ ਤੇਰੇ ਹੀ ਰੰਗ ਨੇ ਸਭ, ਉਹਦੇ ਰੰਗ ਤੇ ਟਿਕ ਜਾਂਦਾ। ਕਿਉਂਕਿ ਤੂੰ ਸਭਨਾ ਮਾਹੇ ਸਮਾਇਆ, ਇਹ ਚਿੱਤੇ ਆ ਗਈ ਹੁਣ ਗੱਲ। ਤੇ ਸਾਹਿਬ ਕਹਿੰਦੇ ਤਿੰਨ ਕਰਤੇ ਆਪ ਲੁਕਾਇਆ, ਉਹ ਕਰਤਾ ਪੁਰਖ ਸਮਾਏ ਹੋਣ ਤੋਂ ਬਾਅਦ ਵੀ ਅੰਦਰ ਸਭ ਦੇ ਲੁਕਿਆ ਰਹਿੰਦਾ ਹੈ। ਨਾਨਕ ਗੁਰਮੁਖ ਪ੍ਰਗਟ ਹੋਇਆ, ਜਾ ਕੋ ਜੋਤ ਤਰੀ ਕਰਤਾਰ ਜੀਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਹਿਬ ਜੀ ਕਹਿੰਦੇ ਫਿਰ ਕਿਹਨਾਂ ਨੂੰ ਮਿਲਦਾ ਹੈ ਪ੍ਰਗਟ? ਨਾਨਕ ਗੁਰਮੁਖ ਪ੍ਰਗਟ ਹੋਇਆ, ਜਾ ਕੋ ਜੋਤ ਧਰੀ ਕਰਤਾਰ ਜੀਓ। ਗੁਰੂ ਦੇ ਰਾਹੀਂ ਪ੍ਰਗਟ ਹੋ ਜਾਂਦਾ ਜਦੋਂ ਗੁਰੂ ਆਪਣੇ ਵੱਲੋਂ ਬਲਦੀ ਜੋਤ ਉਹਦੇ ਅੰਦਰ ਜਗਾ ਦਿੰਦਾ। ਪੰਜਾਂ ਪਿਆਰਿਆਂ ਦੀ ਬਖਸ਼ਿਸ਼ ਕੀਤੀ ਹੋਈ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰਾਹੀਂ ਸਾਡੇ ਵਿੱਚ ਜੋਤ ਜਗਾਉਣ ਦੀ ਹੀ ਪ੍ਰਕਿਰਿਆ ਹੈ ਕਿ ਪੰਜ ਚੁਲੇ ਛਕਾਉਣਗੇ, ਨਾਲ ਦੀ ਨਾਲ ਇਕਾਗਰ ਚਿੱਤ ਕਰਕੇ ਕਹਿਣਗੇ ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਅੰਮ੍ਰਿਤ ਛਕਾਉਂਦੇ ਨਾ, ਤੇ ਤੁਸੀਂ ਜਿਹਨਾਂ ਅੰਮ੍ਰਿਤ ਪਾਨ ਕੀਤਾ, ਇੱਕ ਸਿੱਖ ਧਰਮ ਹੈ ਜਿਹਦੇ ਵਿੱਚ ਇਹ ਚੀਜ਼ਾਂ ਛੁਪਾਈਆਂ ਨਹੀਂ ਜਾਂਦੀਆਂ, ਨਹੀਂ ਤੇ ਲੋਕ ਛੁਪਾ ਕੇ ਨਾਮ ਦਿੰਦੇ ਨੇ ਔਰ ਫਿਰ ਦੱਸ ਦੇਣਗੇ ਤੂੰ ਗਾਹਾਂ ਨਹੀਂ ਦੱਸਣਾ। ਜਦੋਂ ਬਾਟਾ ਰੱਖ ਦੇਣਗੇ, ਅੰਮ੍ਰਿਤ ਵੀ ਛਕਾਉਣਗੇ ਫਿਰ ਥੱਲੇ ਬਾਟਾ ਵੀ ਰੱਖਣਗੇ। ਕਿਉਂ? ਹੱਥ ਵਿੱਚੋਂ ਛਕਦਿਆਂ ਥੱਲੇ ਨਾ ਡਿੱਗੇ। ਜੇ ਅੰਮ੍ਰਿਤ ਇੰਨਾ ਕੀਮਤੀ ਹੈ ਤੇ ਫਿਰ ਡਿੱਗਣ ਦਾ ਖਤਰਾ ਹੈ ਕਿ ਥੱਲੇ ਨਾ ਡਿੱਗੇ, ਇਸ ਲਈ ਵੱਡਾ ਬਾਟਾ ਪਰਾਤ ਥੱਲੇ ਰੱਖ ਦਿੱਤੀ। ਜੇ ਅੰਮ੍ਰਿਤ ਇੰਨਾ ਹੀ ਕੀਮਤੀ ਹੈ, ਹੱਥਾਂ ਵਿੱਚੋਂ ਡਿੱਗਣ ਦਾ ਖਤਰਾ ਹੈ, ਫਿਰ ਹੱਥ ਵਿੱਚ ਪਲਾਇਆ ਹੀ ਕਿਉਂ ਜਾਂਦਾ? ਫਿਰ ਕਿਸੇ ਬਰਤਨ ਵਿੱਚ ਕਿਉਂ ਨਹੀਂ ਪਲਾਉਂਦੇ? ਬਰਤਨ 'ਚੋਂ ਤਾਂ ਨਹੀਂ ਡਿੱਗੇਗਾ, ਚੁੱਲ੍ਹੀ ਨਾਲ ਹੱਥ 'ਚੋਂ ਪੀਓਗੇ ਤਾਂ ਡਿੱਗੇਗਾ, ਬਰਤਨ ਵਿੱਚ ਪੀਓਗੇ ਤਾਂ ਨਹੀਂ ਡਿੱਗੇਗਾ। ਜੇ ਅੰਮ੍ਰਿਤ ਦੇ ਡਿੱਗਣ ਦਾ ਇੰਨਾ ਹੀ ਖਤਰਾ ਕਿ ਕੀਮਤੀ ਹੈ, ਫਿਰ ਬਰਤਨ ਵਿੱਚ ਕਿਉਂ ਨਹੀਂ? ਉਹਦਾ ਇੱਕ ਰੀਜ਼ਨ ਹੈ, ਪਤਾ ਕੀ? ਬਰਤਨ ਵਿੱਚ ਪੀਓਗੇ ਇਕਾਗਰਤਾ ਨਹੀਂ ਬਣੇਗੀ। ਚੁਲੀ ਵਿੱਚ ਪਲਾਉਂਦਾ ਸਿੱਖਾ, ਅੱਜ ਨਹੀਂ ਇਹ ਤੇਰੀ ਚੁਲੀ ਰੋਜ਼ ਗੁਰੂ ਅੱਗੇ ਜੁੜਨੀ ਚਾਹੀਦੀ ਹੈ। ਦਾਤਾ ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ, ਇਕਾਗਰਤਾ ਦੇ ਨਾਲ ਇੱਦਾਂ ਤੇਰੀ ਚੁਲੀ ਜੁੜ ਜਾਏ। ਜਦੋਂ ਅੰਮ੍ਰਿਤ ਪਾਉਣਗੇ ਤੂੰ ਇਕਾਗਰਤਾ ਨਾਲ ਪੀਏਗਾ, ਨਾਲ ਕਹਿਣਗੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋਤ ਜਗਾਉਣ ਦੀ ਪ੍ਰਕਿਰਿਆ ਹੈ, ਇਹਨੂੰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਗੁਰਮੁਖ ਪ੍ਰਗਟ ਹੋਇਆ, ਜਾ ਕੋ ਜੋਤ ਧਰੀ ਕਰਤਾਰ ਜੀਓ। ਬਾਹਰੋਂ ਜਗ ਦੀ ਚੀਜ਼ ਜਗਾ ਦਿੱਤੀ ਤੇ ਫਿਰ ਉਹਦੇ ਵਿੱਚ ਉਹ ਰੋਸ਼ਨੀ ਅੰਦਰ ਗਿਆਨ ਦੀ ਪ੍ਰਗਟ ਹੋ ਗਈ, ਬਿਰਤੀ ਬਦਲਣੀ ਸ਼ੁਰੂ ਹੋ ਗਈ। ਉਹ ਚੀਜ਼ ਰੋਤ, ਤੁਸੀਂ ਇੱਕ ਕੋਈ ਦੀਵਾ ਜਗਦਾ ਵੇਖੋਗੇ ਉਹ ਤਾਂ ਜਗਦਾ ਰਹਿੰਦਾ ਜੇ ਉਹਦੇ ਵਿੱਚ ਰੋਜ਼ ਤੇਲ ਪਾਈ ਜਾਓ। ਜਿਹੜੀ ਗੁਰੂ ਨੇ ਆਨੰਦ ਵਾਲੀ ਅਵਸਥਾ ਦੇ ਦਿੱਤੀ ਉਹ ਰੋਜ਼ ਸਾਨੂੰ ਪਾਉਣਾ ਪੈਣਾ, ਉਹ ਵੱਖਰੀ ਗੱਲ ਹੈ। ਕਿਸੇ ਕੋਲੋਂ ਵੱਧ ਪਾਠ ਨਹੀਂ ਹੁੰਦਾ ਤੇ ਉਹਨੂੰ ਘੱਟੋ ਘੱਟ ਥੋੜ੍ਹਾ ਬਹੁਤਾ ਦੀਵਾ ਜਗਦਾ ਰਵੇ, ਉਹਨੂੰ ਬਾਣੀ ਦਾ ਪਾਠ ਅੰਦਰ ਪਾਉਂਦੇ ਰਹਿਣਾ ਚਾਹੀਦਾ। ਜਿਹੜਾ ਜਪਜੀ ਸਾਹਿਬ ਤੇ ਰਹਿ ਰਾਸ ਥੋੜ੍ਹਾ ਵੀ ਨਹੀਂ ਅੰਦਰ ਪਾਏਗਾ ਉਹਦਾ ਦੀਵਾ ਬੁੱਝ ਜਾਏਗਾ, ਜੋਤ ਅੰਦਰ ਨਹੀਂ ਜਗੇਗੀ। ਥੋੜ੍ਹਾ ਬਹੁਤਾ ਰੋਜ਼ ਸਿੱਖ ਨੂੰ ਅੰਦਰ ਬਾਣੀ ਦਾ ਪਾਠ ਪਾਉਣਾ ਪੈਣਾ ਤਾਂ ਉਹ ਜਗਦਾ ਰਹਿਣਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਆ ਜੇ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਜਿਹੜੇ ਬਚਨ ਮਨ ਹਿਰਦੇ ਨੂੰ ਚੰਗੇ ਲੱਗਣ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਨ, ਉਹਨੂੰ ਹਿਰਦੇ ਵਿੱਚ ਵਸਾ ਲੈਣਾ। ਅਤੇ ਜੇ ਭੁੱਲਾਂ ਜਿਹੜੀਆਂ ਹੋਈਆਂ ਉਹ ਮੇਰੀਆਂ ਹਨ, ਬਖਸ਼ ਦੇਣੀਆਂ, ਅਸੀਸ ਦੇਣੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਵੀ ਆਪ ਉਂਗਲ ਪਕੜ ਕੇ ਅਜਾਣ ਬੱਚਿਆਂ ਦੀ ਤਰ੍ਹਾਂ
इस रस्ते उत्ते तोर लैन, पुल चुक की खिमा बख्शनी, बख्शो सीस बुलाओ फतेह। वाहिगुरु जी का खालसा, वाहिगुरु जी की फतेह। करिए गौर विचार, नानक बेड़ी सचती। करिए गौर विचार, करिए गौर विचार, नानक बेड़ी सचती। करिए